ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੋਕ ਸਭਾ 2019 ਦੀ ਗੱਲ ਕਰ ਰਹੇ ਹਾਂ। ਲੋਕ ਸਭਾ 2019 ਦੇ ਵਿੱਚ ਜਿੱਥੇ ਕਿ ਵੱਖੋ ਵੱਖਰੀ ਦਾਅਵੇ ਹੋ ਰਹੇ ਆ ਕਾਂਗਰਸ ਪਾਰਟੀ ਵੱਲੋਂ, ਅਕਾਲੀ ਦਲ ਵੱਲੋਂ, ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ, ਜਾਂ ਖਹਿਰਾ ਦੀ ਪੰਜਾਬੀ ਏਕਤਾ ਪਾਰਟੀ ਜਿਹੜੀ ਕਿ PDA ਨਾਲ ਅਲਾਇੰਸ ਹੋ ਕੇ ਆਪਣੀਆਂ ਚੋਣਾਂ ਲੜ ਰਹੀ ਆ। ਵੱਖੋ ਵੱਖਰੇ ਦਾਅਵੇਦਾਰੀਆਂ ਕੀਤੀਆਂ ਜਾ ਰਹੀਆਂ, ਅਤੇ ਜੇ ਕੇਂਦਰ ਦੀ ਗੱਲ ਕਰਦੇ ਹਾਂ ਤਾਂ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਦਾਅਵੇਦਾਰੀ ਹੈਗੀ ਹੈ ਕਿ ਐਰਕੀ 300 ਤੋਂ ਉੱਪਰ ਸੀਟਾਂ ਲੈ ਕੇ ਸਾਡੀ ਵੱਡੀ ਸਰਕਾਰ ਬਣੂਗੀ। ਜੇ ਦੂਜੇ ਪਾਸੇ ਗੱਲ ਕਰਦੇ ਹੈਗੇ ਹਾਂ ਤਾਂ ਕਾਂਗਰਸ ਪਾਰਟੀ ਵੀ ਦੀ ਦਾਅਵੇਦਾਰੀ ਹੈਗੀ ਹੈ ਕਿ ਇਸ ਵਾਰ ਰਾਜ ਭਾਗ ਜਿਹੜਾ ਹੈਗਾ ਵਾ ਕਾਂਗਰਸ ਪਾਰਟੀ ਦੇ ਪੱਲੇ ਵਿੱਚ ਆਊਗਾ। ਵੇਖਦੇ ਹਾਂ ਆਉਣ ਵਾਲੀ ਸਰਕਾਰ ਕਿਹਦੀ ਬਣਦੀ ਹੈ। 23 ਤਰੀਕ ਨੂੰ ਵੋਟਾਂ ਦੀ ਗਿਣਤੀ ਹੋਣੀ ਹੈ, ਲੋਕ ਫਤਵਾ ਕਿੱਧਰ ਨੂੰ ਜਾਂਦਾ ਹੈਗਾ ਵਾ। ਤਰਲੋਚਨ ਸਿੰਘ ਜੀ ਸਾਡੇ ਨਾਲ ਹੈਗੇ ਆ, ਜਾਣ ਪਛਾਣ ਦੇ ਮੁਹਤਾਜ ਨਹੀਂ, ਸਾਰੇ ਲਗਭਗ ਪੰਜਾਬੀ, ਜਿੱਥੇ ਜਿੱਥੇ ਵਸਦਾ ਹੈਗਾ ਵਾ ਇਸ ਚਿਹਰੇ ਨੂੰ ਭਲੀ ਭਾਂਤ ਜਾਣਦਾ ਹੈਗਾ ਵਾ। ਪੁੱਛਦੇ ਹਾਂ ਕਿ ਕਿਵੇਂ ਲੱਗਦਾ ਤੁਹਾਨੂੰ ਆਉਣ ਵਾਲੀ ਸਰਕਾਰ? ਮੈਂ ਤਾਂ ਸਮਝਦਾ ਕਿ ਤੁਹਾਡੀ ਜੋ ਤੁਸੀਂ ਸਵਾਲ ਕਰ ਰਹੇ ਹੋ ਬੜੇ ਅੱਛੇ ਹੈ। ਮੇਰਾ ਤਾਂ ਇੱਕੋ ਵਿਸ਼ਵਾਸ ਹੈ ਕਿ ਹਿੰਦੁਸਤਾਨ ਦੀ ਜਨਤਾ ਜਦੋਂ ਵੋਟਾਂ ਪਾਉਣ ਜਾਏ ਤਾਂ ਉਸ ਵਕਤ ਜਿਹੜੇ ਐਸੇ ਮਸਲੇ ਜਿਹੜੇ ਕਿ ਸਾਡੇ 'ਚ ਫੁੱਟ ਪਾਉਣ, ਸਾਡੇ 'ਚ ਐਸੀਆਂ ਗੱਲਾਂ ਲਿਆਉਣ ਜਿਹਦੇ ਨਾਲ ਕਿ ਸਾਡੀ ਆਪਸ ਰੰਜਿਸ਼ ਵਧੇ, ਉਸ 'ਚ ਦੂਰ ਰਹਿਣ। ਵੋਟ ਖੁੱਲ੍ਹ ਕੇ ਪਾਓ ਔਰ ਆਪਣੀ ਜੋ ਜ਼ਮੀਰ ਦੀ ਆਵਾਜ਼ 'ਤੇ ਪਾਓ। ਮੈਂ ਤਾਂ ਸਿਰਫ ਹੁਣ ਅੱਜ ਇਸ ਇਲੈਕਸ਼ਨ 'ਚ ਕਿਧਰੇ ਹੋਰ ਨਹੀਂ ਗਿਆ, ਅੰਮ੍ਰਿਤਸਰ ਆਇਆ। ਇਸ ਕਰਕੇ ਕਿ ਜੋ ਮੇਰਾ ਆਪਣਾ ਤਜਰਬਾ, ਜਿਸ ਦੀ ਤੁਸੀਂ ਵੀ ਸਾਰੇ ਲੋਕ ਮੇਰੀ ਤਾਰੀਫ ਕਰਦੇ ਹੋ, ਮੈਂ ਸਮਝਦਾ ਮੈਂ ਸਿੱਖਾਂ ਨੂੰ ਅੱਜ ਤੱਕ ਪਾਰਲੀਮੈਂਟ ਵਿੱਚ ਚੰਗੇ ਨੁਮਾਇੰਦੇ ਨਹੀਂ ਮਿਲੇ। ਸਾਡਾ ਫੇਲਰ ਕਿਉਂ ਹੈ ਕਿ ਅਸੀਂ ਪਾਰਲੀਮੈਂਟ 'ਚ ਆਵਾਜ਼ ਨਹੀਂ ਉਠਾ ਸਕੇ। ਅਤੇ ਇਹ ਮੈਂ ਕਹਿੰਦਾ ਗੁਰੂ ਦੀ ਬਖਸ਼ਿਸ਼ ਸਮਝੋ ਕਿ ਹਰਦੀਪ ਸਿੰਘ ਪੁਰੀ ਵਰਗਾ ਬੰਦਾ ਕੈਂਡੀਡੇਟ ਬਣ ਗਿਆ। ਤੁਸੀਂ ਹਰਦੀਪ ਸਿੰਘ ਪੁਰੀ ਜੀ ਦੇ ਹਮਾਇਤ 'ਤੇ ਇਸ ਟਾਈਮ 'ਤੇ ਮੈਂ ਇਹ ਸਮਝਦਾ ਕਿ ਮੈਂ ਪਾਰਲੀਮੈਂਟ 'ਚ ਰਿਹਾ ਔਰ ਮੈਂ ਚਾਹੇ ਨਨ ਮੈਰਿਜ ਐਕਟ ਪਾਸ ਕਰਵਾਇਆ, ਦਫਾ 25 ਦੇ ਤਾਰਾ 'ਤੇ ਮੈਂ ਬਹਿਸ ਕਰਵਾਈ, 84 ਦੀ ਡਿਬੇਟ ਕਰਵਾਈ। ਸੋ ਜਦ ਤੱਕ ਸਿੱਖ ਐਸਾ ਨੁਮਾਇੰਦਾ ਨਹੀਂ ਜਾਏਗਾ ਜਿਹਨੂੰ ਬੋਲਣ ਦੀ ਵੀ ਜਾਂਚ ਹੋਵੇ। ਇਹ ਹਰਦੀਪ ਸਿੰਘ ਪੁਰੀ ਨੂੰ ਮੈਂ ਪਿਛਲੇ 30 ਸਾਲ ਤੋਂ ਜਾਣਦਾ, ਕਿਉਂਕਿ ਮੈਂ ਰਾਸ਼ਟਰਪਤੀ ਭਵਨ 'ਚ ਰਿਹਾ, ਕਿ ਇਹ ਅੰਬੈਸਡਰ ਰਿਹਾ ਦੁਨੀਆ 'ਚ। ਅੱਜ ਅਸੀਂ ਲੜਾਈ ਲੜ ਰਹੇ ਹਾਂ ਪਗੜੀ ਦੀ, ਅਤੇ ਅਸੀਂ ਉਹਨਾਂ ਬੰਦਿਆਂ ਦੀ ਕਦਰ ਕਰੀਏ ਜਿਨ੍ਹਾਂ ਪਗੜੀ ਦੀ ਸ਼ਾਨ 'ਚ ਕੀ ਨਹੀਂ ਕੀਤਾ। ਇਹ ਪਹਿਲਾ ਬੰਦਾ ਹਿੰਦੁਸਤਾਨੀ ਕਿ ਜਿਹੜਾ ਵਰਲਡਵਾਦੀ ਸਭ ਤੋਂ ਵੱਡੀ ਬਾਡੀ ਹੈ UNO, ਉਹਦੇ ਹਿੰਦੁਸਤਾਨ ਦਾ ਨੁਮਾਇੰਦਾ, ਉਹਦੀ ਅੱਗੋਂ ਵੱਡੀ ਬਾਡੀ ਹੈ ਜਿਵੇਂ ਕੈਬਨਿਟ ਸਿਕਿਉਰਟੀ ਕੌਂਸਲ। ਇਸ ਬੰਦੇ ਨੇ ਆਪਣੀ ਹਿੰਮਤ ਨਾਲ ਇੰਡੀਆ ਨੂੰ ਇਲੈਕਸ਼ਨ ਜਿਤਾਇਆ ਸਿਕਿਉਰਟੀ ਕੌਂਸਲ ਦੀ ਮੈਂਬਰੀ, ਅਤੇ ਉਸ ਤੋਂ ਬਾਅਦ ਇਹ ਚੇਅਰਮੈਨ ਬਣਿਆ। ਇੱਕ ਸਾਲ ਪਗੜੀ ਵਾਲਾ UNO ਦੀ ਸਿਕਿਉਰਟੀ ਕੌਂਸਲ ਦਾ ਪ੍ਰਧਾਨ ਬਣਨਾ, ਇਸ ਤੋਂ ਵੱਡੀ ਸਿੱਖੀ ਸੇਵਾ ਹੋ ਹੀ ਨਹੀਂ ਸਕਦੀ। ਇੱਕ ਸਾਲ ਰੋਜ਼ ਪਗੜੀ ਦੁਨੀਆ ਭਰ ਦੇ TV 'ਤੇ ਆਉਂਦੀ ਸੀ ਕਿਉਂਕਿ ਪ੍ਰੀਜ਼ਾਈਡ ਕਰਦਾ ਸੀ। ਇਸ ਜਿਸ ਬੰਦੇ ਨੇ ਪਗੜੀ ਦੀ ਸ਼ਾਨ ਲਈ ਸਿੱਖ ਧਰਮ ਨੂੰ ਇੱਡੀ ਆਈਡੈਂਟੀ ਦਵਾਈ, ਇਸ ਤੋਂ ਬਾਅਦ ਤਾਂ ਹੋਰ ਲੋੜ ਹੀ ਨਹੀਂ ਸਾਨੂੰ ਕਿ ਸਾਡੇ ਕੋਲ ਅੰਮ੍ਰਿਤਸਰ ਆਇਆ। ਅੰਮ੍ਰਿਤਸਰ ਮਿਸ ਕਿਉਂ ਕੀਤਾ? ਅੱਜ ਤੱਕ ਸਾਨੂੰ ਨੁਮਾਇੰਦਾ ਹੀ ਨਹੀਂ ਮਿਲਿਆ ਕੋਈ, ਅੰਮ੍ਰਿਤਸਰ ਰਿਪ੍ਰਜੈਂਟ ਹੀ ਨਹੀਂ ਹੋਇਆ। ਜੇ ਗੁਰੂ ਦੀ ਨਗਰੀ 'ਚ ਹਰਦੀਪ ਪੁਰੀ ਔਰ ਜਿਸ ਤਰ੍ਹਾਂ ਹਰਦੀਪ ਪੁਰੀ ਕੋਲ ਸ਼ਕਤੀ ਹੈ, ਕਿਉਂਕਿ ਜਿਹੜਾ ਬੰਦਾ ਡਿਪਲੋਮੈਟ ਹੈ ਉਹਦੇ ਕੋਲ ਪਾਵਰ ਹੁੰਦੀ ਹੈ ਟੂ ਪ੍ਰਜੈਂਟ ਦੀ ਕੇਸ, ਅਤੇ ਇਹ ਇਸ ਵੇਲੇ ਵਰਲਡ ਦਾ ਉਹਨਾਂ ਬੰਦਿਆਂ 'ਚੋਂ ਜਿਹੜੀ ਦੁਨੀਆ 'ਚ ਕਦਰ ਹੈ। ਸੋ ਮੈਂ ਤਾਂ ਇਸ ਗੱਲ ਇੱਥੇ ਲੋਕਾਂ ਨੂੰ ਆਇਆ ਵੀ ਹੁਣ ਚਾਂਸ ਮਿਸ ਨਾ ਕਰਿਓ, ਅਬਵ ਪਾਰਟੀ ਪੋਲਿਟਿਕਸ। ਹਰਦੀਪ ਸਿੰਘ ਪੁਰੀ ਐਜ਼ ਹਰਦੀਪ ਸਿੰਘ ਪੁਰੀ ਨੀਡਸ ਤੁਹਾਡੀ ਸਪੋਰਟ, ਤੁਹਾਡੀ ਵੋਟ, ਤਾਂ ਕਿ ਕੱਲ੍ਹ ਅੰਮ੍ਰਿਤਸਰ ਦੀ ਨੁਮਾਇੰਦਗੀ ਨਹੀਂ, ਸਾਰੇ ਪੰਜਾਬੀਆਂ ਔਰ ਸਿੱਖਾਂ ਨੂੰ ਠੀਕ ਨੁਮਾਇੰਦਾ ਮਿਲੇ ਔਰ ਉਹ ਉੱਥੇ ਸਾਡੀ ਅਗਲੇ 5 ਸਾਲ ਸਾਡੀ ਆਵਾਜ਼ ਆਵੇ। ਸੋ ਮੇਰੀ ਤਾਂ ਕੋਈ ਇਸ ਅਪੀਲ 'ਚ ਮੈਂ ਆਇਆ ਕਿ ਬਾਕੀ ਗੱਲਾਂ ਹੁਣ ਛੱਡੋ। ਅੰਮ੍ਰਿਤਸਰ ਇੰਨਾ ਪਿੱਛੇ ਹੈ ਕਿ ਗਲੀਆਂ ਜਾਈਏ ਸ਼ਰਮ ਆਉਂਦੀ, ਅਸੀਂ ਗੁਰੂ ਦੀ ਨਗਰੀ ਹਾਂ ਅਤੇ ਚੁਗਿਰਦਾ ਕੀ ਹੈ। ਸੋ ਬਹੁਤ ਕੁਛ ਹੋਣ ਵਾਲਾ, ਕਿਉਂਕਿ ਮਿਨਿਸਟਰ ਵੀ ਉਸੇ ਮਹਿਕਮੇ ਦਾ, ਉਹ ਜਿਹੜਾ ਮਹਿਕਮਾ ਜਿਹਨੇ ਅੰਮ੍ਰਿਤਸਰ ਨੂੰ ਡੀਲ ਕਰਨਾ। ਸੋ ਇਸ ਕਰਕੇ ਮੈਂ ਤਾਂ ਹਰਦੀਪ ਪੁਰੀ ਦੀ ਜਿਹੜੀ ਸ਼ਕਤੀ ਹੈ ਉਹਨੂੰ ਸਿੱਖ ਐਕਸਪਲਾਈਟ ਕਰੇ। ਔਰ ਪੰਜਾਬੀ ਸਿੰਘ ਜੀ ਤੁਸੀਂ ਆਪ ਹੀ ਦੱਸ ਚੁੱਕੇ ਹੋ ਕਿ ਜੇ ਗਲੀਆਂ ਵਿੱਚ ਜਾਈਏ ਤਾਂ ਕਿਤੇ ਨਾ ਕਿਤੇ ਸ਼ਰਮ ਆਉਂਦੀ। ਇਹਦੇ ਵਿੱਚ ਰਾਜ ਭਾਗ ਅਤੇ ਅਕਾਲੀ ਭਾਜਪਾ ਦਾ ਵੀ ਰਿਹਾ ਹੈਗਾ ਵਾ। ਅਕਾਲੀ ਦਲ ਦਾ ਰਾਜ ਸੀ 10 ਸਾਲ, ਉਹਨਾਂ ਨੂੰ ਮਿਲੇ 2 ਸਾਲ, ਹੁਣ ਦੁਬਾਰਾ ਫਿਰ ਕਾਂਗਰਸ ਆਈ। ਮੈਂ ਉਹੀ ਕਹਿੰਦਾ ਮੈਨੂੰ ਤਾਂ ਸ਼ਰਮ ਆਉਂਦੀ ਹੈ, ਮੈਂ ਵੀ ਆਫਟਰ ਆਲ ਸਰਕਾਰੀ ਨੌਕਰ ਰਿਹਾ, ਵੀ ਜੇ ਅਸੀਂ ਅੰਮ੍ਰਿਤਸਰ ਸ਼ਹਿਰ ਨੂੰ ਹੀ ਠੀਕ ਨਹੀਂ ਕਰ ਪਾਏ। ਜਿਹੜਾ ਸੁਖਬੀਰ ਬਾਦਲ ਕਰ ਰਿਹਾ ਉਹ ਪ੍ਰੇਜ਼ ਕਰੋ ਕਿ ਜਿਹੜੀ ਉਹ ਦਰਬਾਰ ਸਾਹਿਬ ਦੀ ਜਿਹੜੀ ਇਹ ਸਟਰੀਟ ਹੈ ਹਾਲ ਬਾਜ਼ਾਰ ਬਹੁਤ ਅੱਛਾ ਕਰ ਗਿਆ, ਦੈਟ ਇਜ਼ ਵੈਰੀ ਗੁੱਡ। ਲੇਕਿਨ ਜੋ ਬਾਕੀ ਸ਼ਹਿਰ ਉੱਥੇ ਹੀ ਖੜ੍ਹਾ, ਬਾਕੀ ਕਿਉਂ ਨਹੀਂ ਦੇਖਿਆ ਗਿਆ? ਉਹੀ ਮੈਂ ਹੈਰਾਨ ਹਾਂ ਕਿ ਜੇ ਸ਼ਹਿਰ 'ਚੋਂ ਗੰਦਗੀ ਦੇ ਢੇਰ ਹੀ ਨਹੀਂ ਉੱਠੇ, ਗਲੀਆਂ ਨਹੀਂ ਚੌੜੀਆਂ ਹੋਈਆਂ, ਦਰਬਾਰ ਸਾਹਿਬ ਜਾਣ ਦਾ ਰਸਤਾ ਹੀ ਨਹੀਂ ਹਾਲਾਂ ਤੱਕ, ਜਿਹੜੀਆਂ ਗਲੀਆਂ 'ਚ ਜਾਂਦੇ ਹੋ ਤੁਸੀਂ ਵੀ ਜਾਂਦੇ ਹੋ, ਉਹ ਵੀ ਚੌੜੀਆਂ ਕਰਾ ਦਿਓ, ਫੰਡ ਲਵੋ। ਦੇਖੋ ਕਿਸੇ ਵਕਤ ਪ੍ਰਤਾਪ ਸਿੰਘ ਕਹਿਰੋਂ ਸੀ ਨਾ, ਇਹ ਹਾਲ ਬਾਜ਼ਾਰ ਸਾਰਾ ਢਾਇਆ ਗਿਆ, ਢਾ ਕੇ ਮੁੜ ਕੇ ਬਣਿਆ, ਉਹ ਚੌੜਾ ਹੋਇਆ, ਅਤੇ ਬਾਕੀ ਵੀ ਚੌੜੇ ਕਰੋ, ਕਿਉਂਕਿ ਦਰਬਾਰ ਸਾਹਿਬ ਤੋਂ ਸੈਂਚਰੀ ਅੱਗੇ ਵਾਸਤੇ ਆਉਣਾ, ਸੈਂਕੜੇ ਸਾਲ ਲੋਕਾਂ ਨੇ ਆਉਣਾ ਹੈ, ਇਸ ਲਈ ਦਰਬਾਰ ਸਾਹਿਬ ਨੂੰ ਚੌਂ ਪਾਸੋਂ। ਦੇਖੋ ਜਦੋਂ ਇਹ ਗਲਿਆਰਾ ਬਣਿਆ ਮੈਂ ਵਿੱਚ ਇਨਵਾਲਵ ਸੀ, ਇਹ 84 'ਚ ਬਣਿਆ, ਉਦੋਂ ਲੋਕਾਂ ਨੂੰ ਰੌਲਾ ਪਾਤਾ ਗਲਿਆਰਾ ਬਣਾ ਰਹੇ ਜੀ,
ਇਹ ਫੌਜ ਕਬਜ਼ਾ ਕਰੇਗੀ। ਮੈਂ ਵੀ ਉਦੋਂ ਵੀ ਬੋਲਿਆ ਉਹ ਭਰਾਵੋ ਦਰਬਾਰ ਸਾਹਿਬ ਦੇ ਚੁਗਿਰਦ ਰਸਤਾ ਬਣਨ ਦਿਓ, ਸਾਹ ਆਏਗਾ। ਉਹ ਹੁਣ ਕਿੰਨੀ ਮੌਜ ਲੱਗ ਰਹੀ ਸਾਨੂੰ ਵੀ ਇਸ ਕਰਨ ਦੇ ਇਕੱਲਾ ਚੁਗਿਰਦਾ ਨਹੀਂ, ਚੌਂ ਪਾਸੇ ਦਰਬਾਰ ਸਾਹਿਬ ਸੜਕਾਂ ਚੌੜੀਆਂ ਹੋਣ ਕਿ ਲੋਕ ਤਾੜਾ ਤਾੜਾ ਹੋਣ। ਇਸ ਵੇਲੇ ਵਰਲਡ ਦਾ ਟੂਰਿਸਟ ਸਿਟੀ ਹੈ ਅੰਮ੍ਰਿਤਸਰ। ਬਿਲਕੁਲ, 70 ਸਾਲ ਤੋਂ ਵੱਧ ਸਮਾਂ ਹੋ ਚੁੱਕਾ, ਜਿਵੇਂ ਤੁਸੀਂ ਹਰਦੀਪ ਸਿੰਘ ਪੁਰੀ ਦੀ ਗੱਲ ਕੀਤੀ ਆ, ਹੋਰ ਅਨੇਕਾਂ ਇੱਥੋਂ ਅਕਾਲੀ ਭਾਜਪਾ ਦੇ ਲੀਡਰ ਜਿੱਤਦੇ ਵੀ ਰਹੇ ਹੈਗੇ, ਅਕਾਲੀ ਦਲ ਦਾ ਰਾਜ ਵੀ ਰਿਹਾ ਹੈਗਾ ਵਾ, ਪਰ ਇਹ ਫੇਲਿਅਰ ਕੋਲ ਫੇਲਿਓਰ ਇਹ ਹੀ ਹੈ। ਮਾਫ਼ ਕਰਿਓ, ਮੈਂ ਇਹ ਨਹੀਂ, ਮੈਂ ਆਪਣੀ ਤਾਰੀਫ ਕਰਦਾ, ਅਸੀਂ ਪਾਰਲੀਮੈਂਟ ਵਿੱਚ ਨੁਮਾਇੰਦਗੀ ਕਰ ਹੀ ਨਹੀਂ ਪਾ। ਅਸੀਂ ਸਮਝ, ਹਿੰਦੁਸਤਾਨ ਦਾ ਹਰ ਮਸਲਾ ਪਾਰਲੀਮੈਂਟ ਹੱਲ ਕਰਦੀ, ਅਸੀਂ ਇਹ ਸਮਝੇ ਹੀ ਨਹੀਂ। ਅਸੀਂ ਜਿਹਨੂੰ ਚਾਹੀਏ ਚੱਲ ਤੂੰ MP, ਉਹ ਖੜ੍ਹਾ ਹੀ ਨਹੀਂ ਹੋ ਸਕਦਾ, ਜਿਹਨੂੰ ਅੰਗਰੇਜ਼ੀ ਨਹੀਂ ਬੋਲਣੀ ਆਉਂਦੀ। ਮੇਰਾ ਮਤਲਬ ਅਸੀਂ ਕੀਤਾ ਕੀ ਅੱਜ ਤੱਕ? ਕਦੀ ਇਹ ਸਵਾਲ ਕਰੋ ਲੀਡਰਾਂ 'ਤੇ ਵੀ ਰਾਜ ਸਭਾ ਲੋਕ ਸਭਾ ਨੂੰ ਤੁਸੀਂ ਕੀ ਸਮਝਦੇ ਹੋ ਕਿ ਆਪਣੇ ਘਰ ਦੇ ਬੰਦੇ ਨੌਕਰ ਬਿਠਾ ਦਿਓ ਉੱਥੇ? ਇੱਕ ਵਾਰੀ ਸੰਤ ਫਤਿਹ ਸਿੰਘ ਨੇ ਆਪਣਾ ਡਰਾਈਵਰ ਭੇਜਤਾ। ਮੇਰਾ ਮਤਲਬ ਹੈ ਕਿ ਗੱਲ ਸਾਡੀ ਕੌਮ ਦੀ ਬਦਕਿਸਮਤੀ ਹੈ। ਤੁਸੀਂ ਹੁਣ ਵਿਦੇਸ਼ੀ ਚੈਨਲ ਹੋ, ਲੰਡਨ ਦੇਖੋ ਨਾ, ਕੋਈ ਹੁਣ ਲੋਕ ਹਾਊਸ ਆਫ ਕਾਮਨ ਕੌਣ ਖੜ੍ਹਾ ਹੁੰਦਾ ਜਿਹਦੀ ਜ਼ਰੂਰਤ ਹੋਵੇ ਬੋਲ ਸਕਣ? ਮੈਂਬਰ ਤਾਂ ਉੱਥੇ ਵੀ 500 ਹੈ। ਸੋ ਸਾਡੀ ਪਾਰਲੀਮੈਂਟ 'ਚ ਮਸਾਂ ਦਾ ਸਿੱਖ ਬਣਦਾ, ਅਤੇ ਜੇ ਸਿੱਖ ਬੋਲੇਗਾ ਨਹੀਂ ਤਾਂ ਕਰਾਂਗੇ ਕੀ? ਪਰਫਾਰਮੈਂਸ, ਯੂ ਨੀਡ ਏ ਮੈਨ ਪਰਫਾਰਮੈਂਸ ਵਿਦ ਪਰਫਾਰਮੈਂਸ। ਤਰਲੋਚਨ ਸਿੰਘ ਜੀ, ਲਾਸਟ ਦੇ ਵਿੱਚ, ਕਿਉਂਕਿ ਜੇ ਅਕਾਲੀ ਭਾਜਪਾ ਦੀ ਗੱਲ ਕਰਦੇ ਹੈਗੇ ਅਤੇ ਬੜੇ ਉਮੀਦਵਾਰ ਦਾਅਵੇਦਾਰੀ ਸੀ ਅੰਮ੍ਰਿਤਸਰ ਤੋਂ, ਜੇ ਆਪਾਂ ਗੁਰਦਾਸਪੁਰ ਦੀ ਗੱਲ ਕਰਦੇ ਹਾਂ, ਹਰਦੀਪ ਸਿੰਘ ਪੁਰੀ ਨੂੰ ਟਿਕਟ ਦਿੱਤੀ ਗਈ, ਉੱਥੋਂ ਸੰਨੀ ਦਿਓਲ ਨੂੰ ਟਿਕਟ ਦਿੱਤੀ ਗਈ ਆ, ਕਿਤੇ ਨਾ ਕਿਤੇ ਬਾਹਰੀ ਉਮੀਦਵਾਰ ਕਹਿ ਕੇ ਜ਼ਰੂਰ ਕਾਂਗਰਸ ਵੱਲੋਂ ਅਤੇ ਦੂਜੀਆਂ ਪਾਰਟੀਆਂ ਵੱਲੋਂ ਕਿਹਾ ਜਾ ਰਿਹਾ। ਦੇਖੋ, ਬਾਹਰਲੀ ਤਾਂ ਹੁਣ ਮੋਦੀ ਸਾਹਿਬ ਬਨਾਰਸ ਪਹੁੰਚ ਗਏ, ਇੱਦੋਂ ਵੱਡੀ ਕਿਹੜੀ ਮਿਸਾਲ ਹੋਏਗੀ? ਰਾਹੁਲ ਸਾਊਥ ਪਹੁੰਚ ਗਿਆ। ਸੋ ਇਹ ਬਾਹਰਲੀ ਬੁਰਲੀ ਦਾ ਸਵਾਲ ਨਹੀਂ। ਜਿਹੜਾ ਬੰਦਾ, ਮੈਂ ਤਾਂ ਸਿੱਖ ਤਾਂ ਆਪਣੇ ਆਪ ਨੂੰ ਕਹਿੰਦਾ ਹੀ ਮੈਂ ਪੰਜਾਬ ਦਾ ਬੱਚਾ, ਇਸ ਕਰਕੇ ਜੇ ਚੰਗਾ ਸਿੱਖ ਇੱਥੇ ਆਵੇ ਤਾਂ ਬਾਹਰਲ ਦਾ ਟੈਗ ਲੱਗਣਾ ਨਹੀਂ ਚਾਹੀਦਾ। ਮੈਂ ਤਾਂ ਇਸ ਗੱਲ ਦੀ ਇੱਕ ਗੱਲ ਕਹਿਣਾ, ਅਸੀਂ ਸਿੱਖ ਸਮਝੇ ਨਹੀਂ। ਮੈਂ ਤਾਂ ਸ਼ੁਕਰੀਆ ਅਦਾ ਕਰਦਾ ਮੋਦੀ ਦਾ ਕਿ ਉਹਨਾਂ ਨੇ ਇੱਕ ਸਿੱਖ ਕੈਂਡੀਡੇਟ ਅੰਮ੍ਰਿਤਸਰੋਂ ਅਡਾਪਟ ਕੀਤਾ। ਇਹ ਸੀਟ ਉਹਨਾਂ ਦੀ ਸੀ, ਇਹ ਅਕਾਲੀ ਸੀਟ ਨਹੀਂ ਹੈ। ਜੇ BJP ਇੱਕ ਸਿੱਖ ਨੂੰ ਅਡਾਪਟ ਕਰਦੀ ਹੈ, ਅਸੀਂ ਤਾਂ ਸ਼ੁਕਰ ਮਨਾਈਏ। ਮੈਂ ਤਾਂ ਕਹਿੰਦਾ ਉਹ ਉਹਨਾਂ ਨੂੰ ਲੋੜ ਸੀ ਇੱਕ ਬੰਦੇ ਸੈਲੀਬ੍ਰਿਟੀ ਦੀ। ਗੁਰਦਾਸਪੁਰ ਤੋਂ ਕਿਵੇਂ ਲੈਣੇ ਤੁਸੀਂ ਗੁਰਦਾਸਪੁਰ? ਮੈਂ ਗਿਆ ਨਹੀਂ ਗੁਰਦਾਸਪੁਰ, ਮੇਰਾ ਮਤਲਬ ਹੈ ਕਿ ਮੈਂ ਉਸ ਸੀਟ 'ਤੇ ਗਿਆ ਨਹੀਂ ਨਾ, ਮੈਨੂੰ ਪਤਾ। ਮੈਂ ਤਾਂ ਅੰਮ੍ਰਿਤਸਰ ਦੀ ਗੱਲ ਕਰਦਾ ਕਿ ਜੇ ਉਹਨਾਂ ਨੇ ਲੱਭ ਕੇ ਬਾਹਰੋਂ ਜਾਣਾ ਸੀ ਤਾਂ ਇੱਦੋਂ ਬੈਟਰ ਕੋਈ ਨਹੀਂ ਸੀ, ਬਸ। ਕੀ ਕਹਿਣਾ ਚਾਹੋਗੇ, ਕੇਂਦਰ ਦੇ ਵਿੱਚ ਕਿਹਦੀ ਸਰਕਾਰ ਬਣ ਸਕਦੀ ਆ? ਨਹੀਂ, ਉਹ ਹਾਲਾਂ ਵੇਖੋ, ਪ੍ਰੀਡਿਕਸ਼ਨ ਜਿਹੜੀ ਹੈ ਉਹ ਪ੍ਰੈਸ ਵਾਲੇ ਕਰਦੇ ਹੋ, ਪ੍ਰੈਸ ਦੇ ਆਪਣੇ ਆਪਣੇ ਆਈਡੀਆ ਹੋਣਗੇ ਤੁਹਾਡੇ। ਮੈਂ ਉਹੀ ਕਹਿੰਦਾ, ਪ੍ਰੈਸ ਵਾਲਿਆਂ ਸਾਰਿਆਂ ਦੇ ਆਪ ਆਪਣੇ ਨਜ਼ਰੀਏ। ਕੇਵਲ ਹਰਦੀਪ ਸਿੰਘ ਪੁਰੀ ਜਾਂ ਪਿਆਰ ਜਿਤਾਉਣ ਆਏ ਲੱਗਦੇ ਆ? ਨਹੀਂ, ਹਰਦੀਪ ਸਿੰਘ ਪੁਰੀ ਦੇਖੋ ਆਲਰੇਡੀ ਪਰਫਾਰਮ ਕਰ ਚੁੱਕਾ। ਇਹਨੂੰ ਉਮੀਦ ਹੈ ਕਿ ਮੈਨੂੰ ਚਾਂਸ ਫਿਰ ਮਿਲਿਆ ਤਾਂ ਮੈਂ ਕਰਾਂਗਾ, ਅਤੇ ਇਹਨੂੰ ਉਮੀਦ ਵੀ ਪੱਕੀ ਹੈ ਕਿ ਮੋਦੀ ਆਏਗਾ। ਜੋ ਹਾਲਾਤ ਇਸ ਵਕਤ ਹੈ ਇੰਡੀਆ 'ਚ, ਉਹਦੇ 'ਚ ਮੋਦੀ ਦਾ ਅਪਰ ਹੈਂਡ ਹੈ। ਜੋ ਸਰਵੇ ਅੱਜ ਤੱਕ ਆ ਚੁੱਕੇ ਹੈ ਉਹਦੇ 'ਚ ਹਾਲਾਂ ਵੀ ਲੋਕ ਇਹਨੂੰ ਐਡਵਾਂਟੇਜ ਦੇ ਰਹੇ। ਇਹ ਠੀਕ ਹੈ, ਇੰਨੀਆਂ ਸੀਟਾਂ 300 ਨਾ ਆਉਣ, ਕੁਝ ਘੱਟ ਆਉਣ, ਪਰ ਪਰਫਾਰਮੈਂਸ ਦੇ ਮੁਤਾਬਕ ਦੇ ਵਿਨ ਐਂਡ ਫਾਰਮ ਦੀ ਗਵਰਨਮੈਂਟ। ਜੇ ਹਰਦੀਪ ਸਿੰਘ ਪੁਰੀ ਜੀ ਆ ਜਾਂਦੇ ਆ ਅਤੇ ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਹੈਗੀਆਂ, ਇਹ ਮੁੱਦੇ ਇਹਨਾਂ ਦੇ ਕੋਲ ਰੱਖੋਗੇ ਕਿ ਅੰਮ੍ਰਿਤਸਰ ਦੀਆਂ ਮੁੱਖ ਮੰਗਾਂ ਜਿਹੜੀਆਂ ਤੁਸੀਂ ਪੂਰੀਆਂ ਕਰੋ? ਤੁਸੀਂ ਕਮਾਲ, ਮੈਂ ਤਾਂ ਬਹੁਤਾ ਨਹੀਂ ਬੋਲਦਾ ਕਿਉਂਕਿ ਤੁਹਾਡੀ ਇੰਟਰਵਿਊ ਲੰਬੀ ਹੋ ਚੁੱਕੀ ਹੈ। ਇਹਨੇ 84 ਬਾਰੇ ਬਿਆਨ ਦਿੱਤੇ, ਮੈਂ ਜਿਹਨੂੰ ਦਾਦ ਉਦੋਂ ਦਿੱਤੀ, ਮੈਂ ਕਿਹਾ ਤੂੰ ਤਾਂ ਡਿਪਲੋਮੈਟ ਹੋ ਗਿਆ, ਆਰਟੀਕਲ ਛਪਿਆ ਅਜੀਤ ਅਖਬਾਰ, ਆਰਟੀਕਲ ਛਪਿਆ ਉਹਦੇ 'ਚ ਟ੍ਰਿਬਿਊਨ 'ਚ, ਇਹਦਾ 84 ਬਾਰੇ ਕੀ ਹੋਇਆ? ਹੀ ਹੈ ਆਲ ਬਿਨ ਮੈਂ ਵੈਰੀ ਵੋਕਲ। ਇਸ ਵਾਰੀ ਇਹਨੂੰ ਰੋਕ ਲਿਆ ਅਮਰੀਕਾ 'ਚ, ਪਕੜੀ ਤਾਂ ਇੱਕ ਹਵਾਈ ਅੱਡੇ 'ਤੇ, ਇਹ ਬਾਹਰ ਭਜਲਾ ਗਿਆ, ਮੈਂ ਅੰਦਰ ਨਹੀਂ ਜਾਂਦਾ ਜਦ ਤੱਕ ਪਕੜੀਏ ਲੋਕ, ਐਜ਼ ਅੰਬੈਸਡਰ ਇਹਨੂੰ ਰੋਕ ਲਿਆ ਇੱਕ ਵਾਰੀ। ਜਿਹੜਾ ਬੰਦਾ ਇਸ ਤਰ੍ਹਾਂ ਫਾਈਟਰ ਹੋਵੇ ਉਹਨੂੰ ਹੋਰ ਪੱਕੀ ਉਮੀਦ ਰੱਖੀ। ਬਿਲਕੁਲ ਜੀ, ਸਰਦਾਰ ਤਰਲੋਚਨ ਸਿੰਘ ਜਿਹੜੇ ਕਿ ਹਰਦੀਪ ਸਿੰਘ ਪੁਰੀ ਨੂੰ ਫਾਈਟਰ ਦੱਸ ਰਹੇ ਅਤੇ ਸਿੱਖ ਕੌਮ ਦੀ ਆਵਾਜ਼ ਬੁਲੰਦ ਕਰਨ ਵਾਲੇ ਦੱਸ ਰਹੇ ਹੈਗੇ ਆ। ਵੇਖਦੇ ਹਾਂ 19 ਦਾ ਰਿਜ਼ਲਟ, 19 ਨੂੰ ਵੋਟਾਂ ਪੈਣੀਆਂ, 23 ਦਾ ਰਿਜ਼ਲਟ ਆ, ਹਰਦੀਪ ਸਿੰਘ ਪੁਰੀ ਬਾਜੀ ਮਾਰਦੇ ਹੈਗੇ ਆ। ਸਿੱਖ ਚਿਹਰਾ ਜਿਹੜਾ ਕਿ BJP ਵੱਲੋਂ ਕਿਹਾ ਜਾ ਰਿਹਾ ਕਿ ਇਸ ਟਾਈਮ ਦੇ ਉੱਤੇ ਦਿੱਤਾ ਹੈਗਾ ਵਾ ਅੰਮ੍ਰਿਤਸਰ ਨੂੰ, BJP ਦੀ ਸੀਟ ਬਣਦੀ ਆ ਜਾਂ ਕਾਂਗਰਸ ਦੀ, ਇਹ ਤਾਂ 23 ਤਰੀਕ ਨੂੰ ਦੱਸੂਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।